जलंधर के कैंट इलाके में पड़ते लाल कुर्ती क्षेत्र में उस समय सनसनी फैल गई जब एक घर में एक संदिग्ध हालात में छात्र की लाश बरामद की गई। घटना की सूचना मिलते ही मौके पर स्थानीय पुलिस पहुंची। पुलिस का कहना है कि मामला कत्ल का लग रहा है। सूत्रों से मिली जानकारी अनुसार मृतक युवक 11वीं का छात्र बताया जा रहा है और इसकी किसने हत्या की यह पुलिस तफ्तीश कर रही है। मृतक छात्र की पहचान अरमान पुत्र वरिंदर कुमार के रूप में की गई है, जिसके पिता फ्रांस में हैं और माता हिमाचल अपनी बेटी के साथ मायके गई हुई थी। जलंधर से ईशान चनेचा की रिपोर्ट। ਤੁਹਾਡੇ ਜਿਹੜੇ ਪੋਤੇ ਦੀ ਜਿਹੜੀ ਡੈਥ ਹੋਈ ਹੈ ਤੁਹਾਡੇ ਉਹ ਕਿੱਦਾਂ ਹੋਈ ਹੈ ਤੁਹਾਨੂੰ ਕੁਝ ਪਤਾ ਹੈ? ਮੈਨੂੰ ਪਤਾ ਨਹੀਂ, 2 ਵਜੇ ਮੇਰੇ ਕੋਲ ਆਇਆ, ਰੋਟੀ ਖਾਧੀ ਹੈ। ਮੰਮੀ ਉਹਦੀ ਹਿਮਾਚਲ ਗਈ ਹੋਈ ਹੈ, ਹਿਮਾਚਲ ਗਈ ਹੋਈ ਹੈ। ਚਾਚਾ ਵੀ ਉਹਦਾ ਉਹਦੇ ਨਾਲ ਹੈ, ਹਿਮਾਚਲ ਕੰਮ ਸੀ ਥੋੜਾ, ਉੱਥੇ ਗਏ। ਉਹਨਾਂ ਨੇ ਕੱਲ ਜਾਂ ਪਰਸੋਂ ਨੂੰ ਆਉਣਾ ਸੀਗਾ। 2 ਵਜੇ ਰੋਟੀ ਖਾਧੀ ਹੈ, ਰੋਟੀ ਖਾ ਕੇ ਤੇ ਕਿਹਾ ਅਰਮਾਨ ਬਹਿ ਜਾ, ਕਹਿੰਦਾ ਮੰਮੀ ਮੇਰੀ 3 ਵਜੇ ਕਲਾਸ ਲੱਗਣੀ ਹੈ। ਤੇ ਅਸੀਂ ਕਿਹਾ ਚੱਲ ਕਲਾਸ ਲਾ ਲਏਗਾ, ਟਿਊਸ਼ਨ ਵੀ ਪੜ੍ਹਦਾ ਸੀ, ਕਲਾਸਾਂ ਵੀ ਲਾਉਂਦਾ ਸੀ ਆਪਣੇ ਸਕੂਲ ਦੀਆਂ, KV 4 'ਚ ਪੜ੍ਹਦਾ ਸੀ 12ਵੀਂ ਦੇ ਵਿੱਚ। ਅਤੇ ਅਤੇ ਅੱਜ ਨਹੀਂ ਪਤਾ ਲੱਗਾ। 5 ਵਜੇ ਮੈਂ ਫੋਨ ਕੀਤਾ, 5 ਵਜੇ ਮੈਂ ਫੋਨ ਕੀਤਾ, ਮੈਂ ਕਿਹਾ ਕਾਕਾ ਆ ਕੇ ਦੁੱਧ ਪੀ ਜਾ, ਉਹਨੇ ਫੋਨ ਨਹੀਂ ਚੱਕਿਆ, ਫੋਨ ਨਹੀਂ ਚੱਕਿਆ ਉਹਨੇ। ਅਤੇ ਇਹਦੇ ਡੈਡੀ ਨੂੰ ਮੈਂ ਕਿਹਾ, ਮੈਂ ਕਿਹਾ ਜਾ ਕੇ ਅਰਮਾਨ ਨੂੰ ਦੇਖ ਕੇ ਆਓ, ਦੁੱਧ ਪਿਲਾਉਣਾ ਉਹਨੂੰ, ਉਹਨੂੰ ਲੈ ਕੇ ਆਓ। ਕਹਿੰਦੇ ਅੱਛਾ ਅੱਛਾ, ਇਹਨਾਂ ਨੇ ਕਹਿ ਤਾਂ ਉਨੀ ਦੇਰ ਨੂੰ ਬਾਹਰ ਗਏ, ਬਾਹਰ ਗਏ ਤੇ ਆਉਂਦਿਆਂ ਨੂੰ ਮੈਨੂੰ ਕਹਿੰਦੇ ਮੁੰਡਾ ਹੈ ਨਹੀਂ, ਮੁੰਡੇ ਨੂੰ ਸੱਟ ਲੱਗ ਗਈ, ਹਸਪੀਟਲ ਜਾਣਾ, ਫਲਾਨਾ ਕਰਨਾ, ਧਮਕਾਨਾ ਕਰਨਾ। ਕਹਿ ਤਾ ਇਹ ਚਲੇਗਾ ਚੁੱਕਿਆ। ਮੁੰਡੇ ਦਾ ਨਾਂ ਕੀ ਆ? ਮੁੰਡੇ ਦਾ ਨਾਂ ਹੈਗਾ ਅਰਮਾਨ। ਕਿੰਨੇ ਸਾਲ ਦਾ ਸੀ? 15 ਸਾਲ ਦਾ ਸੀ। ਬਜ਼ਾਰੋਂ ਆਈ ਤੇ ਉਹਨੇ ਨਾਲ ਦਾ ਗੁਆਂਢੀ ਮੁੰਡਾ ਵਾ, ਉਹਨੇ ਕੋਠੇ ਜਾ ਕੇ ਦੇਖਿਆ ਇਮਾਨ 5 ਵਜੇ ਖੇਲਣ ਜਾਂਦਾ ਸੀ, ਇੱਥੇ ਗਰਾਊਂਡ 'ਚ ਸ਼ਿਸ਼ੂ ਮਾਡਲ ਸਕੂਲ ਗਰਾਊਂਡ ਆ, ਉੱਥੇ ਖੇਲਣ ਜਾਂਦਾ ਸੀ। ਮੈਂ 5 ਵਜੇ ਫੋਨ ਕਰਦੀ ਰਹੀ, ਇਹਨੇ ਫੋਨ ਨਹੀਂ ਚੱਕਿਆ। ਮੈਂ ਕਿਹਾ ਖੇਡਣ ਚਲਾ ਗਿਆ ਹੋਣਾ। ਮਦਰ ਕੀ ਕੰਮ ਕੋਈ ਜ਼ਰੂਰੀ ਗਏ ਸੀ? ਕਿਦਾਂ ਜ਼ਰੂਰੀ ਕੰਮ ਸੀ ਪੇਕੇ ਉਹਦੇ ਉੱਤੇ ਕਤਲ ਕਰਕੇ ਉਹਦੇ ਘਰ ਚ ਕੰਪਿਊਟਰ ਦੇ ਉੱਤੇ ਲੈਪਟੋਪ ਤੇ ਬੈਠਾ ਹੋਇਆ ਸੀ ਤੇ ਚਲੇ ਗਏ। ਇਸ ਤੋਂ ਇਲਾਵਾ ਜਿਹੜੀ ਇਤਲਾਹ ਮਿਲਦੀ ਇਮੀਡੀਏਟ ਦੀ ਪੁਲਿਸ ਆਈ ਹੈ, ਅਸੀਂ ਉਹਦਾ ਪਰਚਾ ਦਰਜ ਕਰ ਲਿਆ। ਸਰ ਮੁੰਡਾ ਵੀ ਦੇਖਿਆ ਗਿਆ ਘਰ ਦੇ ਵਿੱਚ ਆਉਂਦੇ, ਉਹਦੇ ਬਾਰੇ ਕੁਝ ਪਤਾ ਲੱਗਿਆ ਸਰ? ਨਹੀਂ, ਉਹ ਬੇਟੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ, ਸਾਡੀਆਂ CA ਦੀਆਂ 2 ਟੀਮਾਂ ਅਸੀਂ ਲਾਈਆਂ ਹੋਈਆਂ, ਸਾਡੇ SP ਸਾਹਿਬ DSP ਸਾਹਿਬ ਆਏ ਹੋਏ ਸਾਰੇ। ਕਿਹੜੇ ਸਕੂਲ ਪੜ੍ਹਦਾ ਸੀ? KV ਸਕੂਲ ਦੇ ਵਿੱਚ।